ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ। ਤਾਤੀ ਵਾਓ ਨ ਲੱਗਈ ਪਾਰ ਬ੍ਰਹਮ ਸ਼ਰਣਾਈ, ਚੌ ਗਿਰਦ ਹਮਾਰੈ ਰਾਮਕਾਰ, ਦੁਖ ਲੱਗੈ ਨਾ ਭਾਈ। ਸਤਿਗੁਰ ਪੂਰਾ ਭੇਟਿਆ ਜਿਨ ਬਣਤ ਬਣਾਈ, ਰਾਮ ਨਾਮ ਔਖਦ ਦੀਆ ਏ ਕਾਲ ਬਲਾਈ। ਰਾਖ ਲੀਏ ਤਿਨ ਰੱਖਣਹਾਰ, ਸਭ ਵਿਆਦ ਮਿਟਾਈ। ਕਹੋ ਨਾਨਕ ਕਿਰਪਾ ਭਈ, ਪ੍ਰਭ ਭਏ ਸਹਾਈ। ਪਰਮ ਸਨਮਾਨਯੋਗ ਗੁਰੂ ਰੂਪ ਗੁਰੂ ਖਾਲਸਾ ਸਾਹਿਬ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਚੱਲ ਰਹੇ ਲੜੀਵਾਰ ਪ੍ਰਸੰਗ ਧੰਨ ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦੇ ਅਧਿਆਏ 60ਵੇਂ ਵਿੱਚ ਅੱਜ ਆਪਾਂ ਗੁਰੂ ਸਾਹਿਬ ਵੱਲੋਂ ਗਵਾਲੀਅਰ ਨਿਵਾਸ ਦਾ ਪ੍ਰਸੰਗ ਸਰਵਣ ਕਰਾਂਗੇ। ਆਓ ਬੜੇ ਪ੍ਰੇਮ ਨਾਲ ਇਹ ਪ੍ਰਸੰਗ ਸਰਵਣ ਕਰੀਏ। ਮਨੋਰਥ ਪੂਰਾ ਹੋਇਆ ਵੇਖ ਕੇ ਚੰਦੂ ਬਹੁਤ ਪ੍ਰਸੰਨ ਹੋਇਆ। ਨਜੂਮੀ ਨੂੰ ਉਸਨੇ ਬਹੁਤ ਧੰਨ ਦਿੱਤਾ ਅਤੇ ਉਮਰਾਵ ਨੂੰ ਬੜਾ ਮਾਣ ਦਿੱਤਾ। ਹੁਣ ਕੈਦ ਹੋ ਗਏ ਹਨ, ਹੁਣ ਉਹਨਾਂ ਦਾ ਵਿਨਾਸ਼ ਕਰਾਂਗਾ। ਉਹ ਹੁਣ ਜੇਲ੍ਹ ਤੋਂ ਛੁਟਕਾਰਾ ਪਾ ਕੇ ਕਦੇ ਵੀ ਬਾਹਰ ਨਹੀਂ ਨਿਕਲ ਸਕਦੇ। ਗੁਰੂ ਜੀ ਦੇ ਮਾਰਨ ਦੇ ਯਤਨਾਂ ਬਾਰੇ ਵਿਚਾਰ ਕਰਨ ਲੱਗਾ। ਰੋਜ਼ ਬਹੁਤ ਹੀ ਗਿਣਤੀਆਂ ਗਿਣਦਾ ਸੀ। ਉਸਨੇ ਜਮਾਦਾਰ ਨੂੰ ਚੰਗੀ ਤਰ੍ਹਾਂ ਲਿਖਿਆ, ਇਹ ਜਿਹੜੇ ਤੁਹਾਡੇ ਪਾਸ ਆਏ ਹਨ ਇਹਨਾਂ ਨੂੰ ਮੇਰਾ ਵੱਡਾ ਦੁਸ਼ਮਣ ਜਾਣੋ। ਬਹੁਤ ਉਪਾਅ ਕਰਕੇ ਮੈਂ ਇਹਨਾਂ ਨੂੰ ਤੁਹਾਡੇ ਪਾਸ ਭੇਜਿਆ ਹੈ। ਇਹਨਾਂ ਦੇ ਦੁੱਖ ਨਾਲ ਮੇਰਾ ਕਲੇਜਾ ਪੱਕ ਗਿਆ ਹੈ। ਇਹ ਕਦੇ ਵੀ ਹੁਣ ਕਿਲੇ ਵਿੱਚੋਂ ਬਾਹਰ ਨਾ ਨਿਕਲ ਸਕਣ। ਇਸ ਤਰ੍ਹਾਂ ਕਰੋ ਜਿਵੇਂ ਇਹ ਕਿਸੇ ਤਰ੍ਹਾਂ ਜੰਮ ਘਰ ਚਲੇ ਜਾਣ। ਉਹ ਉਪਾਅ ਬਣਾ ਕੇ ਮੈਂ ਤੁਹਾਨੂੰ ਕਹਿੰਦਾ ਹਾਂ, ਇਹਨਾਂ ਦੇ ਸਾਰੇ ਕੱਪੜਿਆਂ ਨੂੰ ਜ਼ਹਿਰ ਲਗਾ ਦਿਓ। ਅਤਿ ਤਿੱਖੀ ਜ਼ਹਿਰ ਲਾਓ ਜਿਸ ਨਾਲ ਕੱਪੜੇ ਪਾਉਂਦਿਆਂ ਹੀ ਤੁਰੰਤ ਪ੍ਰਾਣ ਛੱਡ ਦੇਣ। ਮੈਂ ਆਪਣੇ ਚੰਗੇ ਆਦਮੀ ਭੇਜ ਰਿਹਾ ਹਾਂ, ਇਹ ਪਹਿਨਣ ਵਾਸਤੇ ਨਵੇਂ ਵਸਤਰ ਬਣਵਾਉਣਗੇ। ਤੁਸੀਂ ਆਪਣੇ ਹੱਥਾਂ ਵਿੱਚ ਫੜ ਕੇ ਇਹਨਾਂ ਦੇ ਪਾਸ ਚਲੇ ਜਾਣਾ ਅਤੇ ਉਹਨਾਂ ਨੂੰ ਕਹਿਣਾ ਕਿ ਇਹ ਨਵੇਂ ਕੱਪੜੇ ਬਾਦਸ਼ਾਹ ਨੇ ਭੇਜੇ ਹਨ। ਕੱਪੜ ਦੇ ਮਿੱਠੇ ਬਚਨ ਬੋਲਣਾ ਅਤੇ ਆਪਣੀਆਂ ਅੱਖਾਂ ਦੇ ਸਾਹਮਣੇ ਪਹਿਨਾਉਣਾ। ਜਦ ਮੇਰੇ ਦੁਸ਼ਮਣ ਜਮਾਂ ਦੇ ਘਰ ਵਿੱਚ ਪਹੁੰਚ ਜਾਣ, ਤੇਰਾ ਮੈਂ ਮੁਰਤਬਾ ਵੱਡਾ ਕਰ ਦੇਵਾਂਗਾ, ਬਾਦਸ਼ਾਹ ਪਾਸੋਂ ਤੇਰਾ ਮਾਣ ਵਧਾਵਾਂਗਾ, ਗੁਜ਼ਾਰੇ ਵਾਸਤੇ ਕੁਝ ਪਿੰਡ ਦਵਾਵਾਂਗਾ। 5000 ਰੁਪਏ ਦਾ ਮੈਂ ਧਨ ਦੇਵਾਂਗਾ ਅਤੇ ਤੈਨੂੰ ਆਪਣਾ ਪਿਆਰਾ ਮਿੱਤਰ ਬਣਾ ਲਵਾਂਗਾ। ਇਸ ਤਰ੍ਹਾਂ ਚਿੱਠੀ ਲਿਖ ਕੇ ਇੱਕ ਚੰਗਾ ਬੰਦਾ ਭੇਜਿਆ ਅਤੇ ਉਸਨੂੰ ਕਿਹਾ, ਕਾਫੀ ਧਨ ਨਾਲ ਲੈ ਕੇ ਜਾ। ਚਿੱਠੀ ਲੈ ਕੇ ਇੱਕ ਮਨੁੱਖ ਚਲਾ ਗਿਆ। ਕਿਲੇ ਦੇ ਮਾਲਕ ਭਾਵ ਜੇਲਰ ਹਰੀਦਾਸ ਨੂੰ ਵੇਖ ਕੇ ਉਸਨੇ ਚਿੱਠੀ ਦੇ ਦਿੱਤੀ। ਜੇਲਰ ਨੇ ਚਿੱਠੀ ਪੜ੍ਹ ਕੇ ਸਾਰਾ ਹਾਲ ਜਾਣਿਆ, ਤੁਰੰਤ ਸਤਿਗੁਰੂ ਜੀ ਪਾਸ ਪਹੁੰਚ ਗਿਆ। ਤੁਹਾਨੂੰ ਬਾਦਸ਼ਾਹ ਨੇ ਇਸ ਥਾਂ ਭੇਜਿਆ ਹੈ, ਸਾਰਾ ਫਰੇਬ ਇਹ ਚੰਦੂ ਨੇ ਕੀਤਾ ਹੈ। ਲੋਕਾਂ ਨੂੰ ਧਨ ਦੇ ਕੇ ਸਿਖਾਇਆ ਹੈ, ਤੁਹਾਨੂੰ ਮਾਰਨਾ ਚਾਹੁੰਦਾ ਹੈ, ਇਸ ਲਈ ਕੇਲੇ ਵਿੱਚ ਭੇਜਿਆ ਹੈ। ਕੋਈ ਜਾਪ ਆਦਿ ਨਹੀਂ ਕਰਨਾ ਹੈ, ਇਹ ਸਾਰਾ ਪ੍ਰਪੰਚ ਉਸਨੇ ਹੀ ਬਣਾਇਆ ਹੈ। ਹੁਣ ਮੈਨੂੰ ਉਸ ਤਰ੍ਹਾਂ ਹੀ ਲਿਖ ਕੇ ਭੇਜਿਆ ਹੈ, ਮੈਂ ਉਸਦੀ ਕਹੀ ਕਿਵੇਂ ਨਾ ਮੰਨਾਂਗਾ। ਸਾਰੀ ਚਿੱਠੀ ਪੜ੍ਹ ਕੇ ਸਤਿਗੁਰੂ ਜੀ ਨੂੰ ਸੁਣਾਈ, ਫਿਰ ਉਸ ਖੱਤ ਨੂੰ ਅੱਗ ਵਿੱਚ ਸੁੱਟ ਦਿੱਤਾ। ਸ਼੍ਰੀ ਹਰਗੋਬਿੰਦ ਜੀ ਨੇ ਬਚਨ ਕੀਤੇ, ਦੁਸ਼ਟ ਮਰ ਕੇ ਜੰਮ ਦੁਆਰੇ ਪਹੁੰਚ ਜਾਵੇਗਾ, ਉਸਦਾ ਸਮਾਂ ਹੁਣ ਨੇੜੇ ਪਹੁੰਚ ਗਿਆ ਹੈ, ਬੜੀ ਭੈੜੀ ਮੌਤੇ ਮਰੇਗਾ, ਹੁਣ ਬਚ ਨਹੀਂ ਸਕੇਗਾ। ਜੇਲਰ ਸੁਣ ਕੇ ਬਹੁਤ ਪ੍ਰਸੰਨ ਹੋਇਆ, ਇਹ ਵੱਡਾ ਪਾਪੀ ਹੁਣ ਤੱਕ ਬਚਿਆ ਰਿਹਾ ਹੈ, ਇਸ ਨੇ ਵੱਡੀ ਤੋਂ ਵੱਡੀ ਅਵੱਗਿਆ ਕੀਤੀ ਹੈ, ਹੁਣ ਤੱਕ ਕੋਈ ਰੁਕਾਵਟ ਨਹੀਂ ਵੇਖੀ ਹੈ, ਚੰਦੂ ਨੂੰ ਸਜ਼ਾ ਦਿਓ, ਤਦ ਜੋ ਸਾਰੇ ਦੁਸ਼ਟ ਹਨ ਆਪ ਦਾ ਨਿਸ਼ਚੇ ਡਰ ਧਾਰਨ ਕਰਨਗੇ। ਬਾਹਰ ਜਾ ਕੇ ਚੰਦੂ ਦੇ ਆਦਮੀ ਨੂੰ ਵੇਖਿਆ ਅਤੇ ਕਿਹਾ, ਆਪਣੇ ਘਰ ਨੂੰ ਚਲੇ ਜਾਓ, ਅਸੀਂ ਅਜਿਹਾ ਪਾਪ ਨਹੀਂ ਕਰ ਸਕਦੇ, ਭਲਾ ਜਾਣ ਕੇ ਤੁਸੀਂ ਵੀ ਉਸ ਤਰ੍ਹਾਂ ਕਰੋ। ਬਾਦਸ਼ਾਹ ਨੇ ਲਿਖਿਆ ਹੈ ਇਹਨਾਂ ਨੂੰ ਹਰ ਪ੍ਰਕਾਰ ਦੇ ਸੁੱਖ ਆਰਾਮ ਨਾਲ ਰੱਖਣਾ ਹੈ, ਜੋ ਚੰਦੂ ਪਾਪ ਚਾਹੁੰਦਾ ਹੈ ਉਹ ਅਸੀਂ ਨਹੀਂ ਕਰ ਸਕਦੇ। ਉਹ ਮਨੁੱਖ ਨਿਰਾਸ਼ ਹੋ ਕੇ ਚਲਾ ਗਿਆ ਅਤੇ ਜਾ ਕੇ ਸਭ ਕੁਝ ਚੰਦੂ ਨੂੰ ਸੁਣਾਇਆ। ਚੰਦੂ ਬਹੁਤ ਹੀ ਦੁਖੀ ਹੋਇਆ ਅਤੇ ਉਸਦਾ ਚਿਹਰਾ ਮੁਰਝਾ ਗਿਆ। ਦਿਨ ਰਾਤ ਜਿਸ ਦੀ ਬਹੁਤ ਚਿੰਤਾ ਹੈ, ਉਸਨੂੰ ਕਿਵੇਂ ਮਾਰਾਂ,
ਨਹੀਂ ਤਾਂ ਉਹ ਮੇਰਾ ਕਾਲ ਬਣ ਜਾਵੇਗਾ। ਉਮਰਾਵ ਨੂੰ ਧੰਨ ਦੇ ਕੇ ਸਿਖਾਇਆ, ਬਾਦਸ਼ਾਹ ਨੂੰ ਗੁਰੂ ਜੀ ਦੇ ਚਾਲੀਸੇ ਬਾਰੇ ਯਾਦ ਨਾ ਕਰਵਾਇਓ, ਗੁਰੂ ਜੀ ਦਾ ਕਦੇ ਵੀ ਜ਼ਿਕਰ ਨਾ ਕਰਨਾ, ਕਿਲ੍ਹੇ ਵਿੱਚ ਹੀ ਕੈਦ ਰਹਿਣ। ਜੇ ਬਾਦਸ਼ਾਹ ਕਹੇ ਤਾਂ ਉਸਨੂੰ ਫਿਰ ਸਮਝਾਉਣਾ ਕਿ ਆਪਣੇ ਸੁੱਖ ਵਾਸਤੇ ਗੁਰੂ ਜੀ ਨੂੰ ਬਾਹਰ ਨਾ ਕੱਢਣਾ, ਕਿਲ੍ਹੇ ਵਿੱਚ ਰਹਿੰਦੇ ਖੁਦਾ ਦੇ ਨਾਮ ਦਾ ਸਿਮਰਨ ਕਰਦੇ ਰਹਿਣ, ਤੁਹਾਡੀਆਂ ਸਾਰੀਆਂ ਬੁਲਾਵਾਂ ਦੂਰ ਹੋ ਜਾਣਗੀਆਂ। ਜੇ ਆਪਣਾ ਸੁੱਖ ਚਾਹੁੰਦੇ ਹੋ ਤਾਂ ਉਹਨਾਂ ਨੂੰ ਕਿਲ੍ਹੇ ਵਿੱਚ ਰੱਖੋ, ਜੇ ਬਾਦਸ਼ਾਹ ਯਾਦ ਕਰੇ ਤਾਂ ਇਸ ਤਰ੍ਹਾਂ ਕਹਿਣਾ। ਇਤਿਆਦ ਨਿਤ ਕਪਟ ਰਚਦਾ ਸੀ, ਮਹਾਂਦੁਸ਼ਟ ਪਾਪ ਨੂੰ ਨਹੀਂ ਸਮਝਦਾ ਸੀ। ਇਸੇ ਰੀਤੀ ਨਾਲ 40 ਦਿਨ ਬੀਤ ਗਏ, ਬਾਦਸ਼ਾਹ ਨੇ ਕਦੀ ਵੀ ਗੁਰੂ ਜੀ ਨੂੰ ਯਾਦ ਨਾ ਕੀਤਾ। ਜੇ ਸਭਾ ਵਿੱਚ ਬੈਠ ਕੇ ਜ਼ਿਕਰ ਵੀ ਕਰਦਾ ਸੀ ਤਾਂ ਉਮਰਾਵ ਕਹਿ ਕੇ ਟਾਲ ਦਿੰਦੇ ਸਨ, ਉੱਥੇ ਬੈਠਣ ਨਾਲ ਤੁਹਾਡੇ ਸਰੀਰ ਨੂੰ ਸੁੱਖ ਮਿਲੇਗਾ, ਕਿਲ੍ਹੇ ਵਿੱਚੋਂ ਉਹਨਾਂ ਨੂੰ ਕਿਸੇ ਤਰ੍ਹਾਂ ਵੀ ਬਾਹਰ ਨਾ ਲਿਆਉਣਾ। ਧੰਨ ਆਪ ਜੀ ਦੇ ਘਰ ਤੋਂ ਜਾਂਦਾ ਹੈ, ਨਿਤ ਆਨੰਦ ਨਾਲ ਬੈਠੇ ਉੱਥੇ ਵਰਤਦੇ ਹਨ, ਤੁਹਾਡੀ ਕੁਸ਼ਲਤਾ ਵਾਸਤੇ ਗੁਰੂ ਜੀ ਧੰਨ ਪਾਉਂਦੇ ਹਨ, ਇਸ ਵਿੱਚ ਕੋਈ ਦੋਸ਼ ਨਹੀਂ ਬਣਦਾ ਹੈ। ਇਸ ਤਰ੍ਹਾਂ ਫਰੇਬ ਦੀਆਂ ਗੱਲਾਂ ਕਰ ਕਰ ਜਹਾਂਗੀਰ ਦੀ ਮੱਤ ਵਿਗਾੜ ਦਿੰਦੇ ਸਨ। ਫਿਰ ਜਦ 2 ਦਿਨ ਉੱਪਰ ਹੋ ਗਏ ਤਾਂ 5 ਸਿੱਖਾਂ ਨੇ ਮਿਲ ਕੇ ਵਿਚਾਰ ਕੀਤੀ, ਸ਼੍ਰੀ ਗੁਰੂ ਅਰਜਨ ਦੇਵ ਜੀ ਵਰਗੀ ਹੀ ਇਹ ਗੱਲ ਹੈ, ਚੰਦੂ ਗੁਰੂ ਜੀ ਨੂੰ ਮਾਰਨਾ ਚਾਹੁੰਦਾ ਹੈ। ਬਾਦਸ਼ਾਹ ਦੇ ਸਾਰੇ ਨਿਕਟਵਰਤੀ ਉਸਨੇ ਆਪਣੇ ਬਣਾ ਲਏ ਹਨ, ਉਹ ਉਸ ਤਰ੍ਹਾਂ ਹੀ ਬੋਲਦੇ ਹਨ ਜਿਵੇਂ ਉਹ ਸਿੱਖਿਆ ਦਿੰਦਾ ਹੈ। ਜਹਾਂਗੀਰ ਕਿਵੇਂ ਧੀਰੇ ਫੜੇ, ਸਾਰੇ ਮਨੁੱਖ ਭੈੜੀ ਸਲਾਹ ਦਿੰਦੇ ਹਨ, ਰਾਜਿਆਂ ਦੇ ਕੰਨ ਵੱਡੇ ਹੁੰਦੇ ਹਨ, ਸਾਰਿਆਂ ਦੀ ਸੁਣ ਲੈਂਦੇ ਹਨ ਪਰ ਅੱਖੀਂ ਨਹੀਂ ਵੇਖਦੇ ਹਨ। 2-3 ਮਿਲ ਕੇ ਉਸਦੀ ਬੁੱਧੀ ਨੂੰ ਫੇਰ ਦਿੰਦੇ ਹਨ, ਆਪਣਾ ਕਾਰਜ ਪੂਰਾ ਕਰਦੇ ਹਨ ਅਤੇ ਝੂਠ ਬੋਲਦੇ ਹਨ। ਜਿੱਥੇ ਸਾਰੀ ਕਚਹਿਰੀ ਇੱਕੋ ਜਿਹੀ ਹੈ, ਸਾਰੇ ਇੱਕ ਆਸ਼ੇ ਦਾ ਹੀ ਉਚਾਰਨ ਕਰਦੇ ਹਨ। ਉਹ ਕਦੀ ਵੀ ਕਾਰਜ ਨੂੰ ਪੂਰਾ ਨਹੀਂ ਹੋਣ ਦੇਣਗੇ। ਆਪਣੇ ਦਿਲ ਵਿੱਚ ਇਸ ਤਰ੍ਹਾਂ ਵਿਚਾਰ ਕਰੋ, ਸ਼ਿਮਾ ਨਿਧਾਨ ਸਤਿਗੁਰੂ ਅਰਜਨ ਦੇਵ ਜੀ ਨੇ ਸਾਨੂੰ ਲਾਹੌਰ ਵਿੱਚ ਗੁੱਸਾ ਕਰਕੇ ਕੁਝ ਕਰਨ ਲੱਗਿਆਂ ਨੂੰ ਵਰਜ ਲਿਆ ਸੀ, ਆਪਣੀ ਸ਼ਕਤੀ ਨੂੰ ਸੰਭਾਲਿਆ ਨਹੀਂ ਸੀ ਅਤੇ ਸਾਨੂੰ ਕੋਈ ਕਾਰਾਮਾਦ ਕਰਨ ਨਾ ਦਿੱਤੀ। ਆਪਣੇ ਸਰੀਰ 'ਤੇ ਸਾਰੀਆਂ ਸਜਾਵਾਂ ਸਹਿ ਕੇ ਬੈਕੁੰਠ ਨੂੰ ਚਲੇ ਗਏ। ਇਹ ਸਾਰੇ ਕੌਤਕ ਚੰਦੂ ਦੇ ਹਨ। ਬਾਦਸ਼ਾਹ ਦੇ ਹਿਰਦੇ ਵਿੱਚ ਕੋਈ ਸਮਝ ਨਹੀਂ ਪੈਂਦੀ ਹੈ, ਗਵਾਲੀਅਰ ਦੇ ਕਿਲ੍ਹੇ ਵਿੱਚ ਗੁਰੂ ਜੀ ਨੂੰ ਬਿਠਾਇਆ ਹੈ, ਉੱਥੇ ਕੀ ਕਰਦੇ ਹਨ ਕੋਈ ਗੱਲ ਸਮਝੀ ਨਹੀਂ ਹੈ। ਜੇ ਗੱਲ ਮੰਨ ਕੇ ਬਿਠਾ ਦਿੱਤੇ ਹਨ ਤਾਂ ਫਿਰ ਵਾਪਸ ਬੁਲਾਵਾਂ, ਇਸ ਦਾ ਗੱਲ ਖਿਆਲ ਹੀ ਨਹੀਂ ਹੈ। ਜੇ ਕੋਈ ਸੋਝੀ ਹੁੰਦੀ ਵੀ ਹੈ ਤਾਂ ਉਮਰਾਵ ਮੱਤ ਮਾਰ ਦਿੰਦੇ ਹਨ, ਇਸ ਸਮੇਂ ਗੁਰੂ ਜੀ ਨੂੰ ਨਹੀਂ ਬੁਲਾਇਆ ਹੈ, ਬਾਦਸ਼ਾਹ ਆਪ ਪਾਸ ਬੁਲਾਵੇ, ਨਹੀਂ ਤਾਂ ਐਸੀ ਆਸ ਮਨ ਵਿੱਚ ਧਾਰਨ ਕਰੋ। ਜੇ ਸਤਿਗੁਰੂ ਜੀ ਕਾਰਾਮਾਤ ਨਾ ਵਿਖਾਉਣ, ਜਿਸ ਤਰ੍ਹਾਂ ਵੀ ਹੋਵੇ ਉਸ ਤਰ੍ਹਾਂ ਹੀ ਬਰਦਾਸ਼ਤ ਕਰ ਲੈਣ। ਇਸ ਕਰਕੇ ਆਪ ਕੋਈ ਗੱਲ ਵਿਚਾਰ ਕਰੋ ਜਿਸ ਕਰਕੇ ਗੁਰਸਿੱਖਾਂ ਦਾ ਭਲਾ ਹੋਵੇ। ਜੇਠੇ ਤੋਂ ਸਾਰੀ ਗੱਲ ਸੁਣ ਕੇ ਪਿਰਾਣੇ ਨੇ ਸਭ ਨੂੰ ਸੁਣਾ ਕੇ ਕਿਹਾ, ਗੁਰੂ ਜੀ ਦੀ ਜੇ ਇਸ ਤਰ੍ਹਾਂ ਮਰਜ਼ੀ ਨਹੀਂ ਹੈ, ਜੇ ਤੁਸੀਂ ਆਪਣੀ ਮਰਜ਼ੀ ਅਨੁਸਾਰ ਸਮਝ ਕੇ ਕਰੋਗੇ ਤਾਂ ਉਹ ਗੁੱਸੇ ਵਿੱਚ ਆ ਕੇ ਜੋ ਬਚਨ ਕਰਨਗੇ ਤਾਂ ਬਹੁਤ ਵੱਡਾ ਸੰਕਟ ਆ ਪਵੇਗਾ। ਦੱਸੋ ਫਿਰ ਸਾਡਾ ਕੌਣ ਸਹਾਇਕ ਹੋਵੇਗਾ? ਨਾ ਪਾਸ ਬਚਾਂਗੇ ਅਤੇ ਨਾ ਹੀ ਘਰ ਜਾ ਸਕਾਂਗੇ। ਐਸੀ ਕਾਰ ਕਰੋ ਜਿਹੜੀ ਗੁਰੂ ਜੀ ਦੀ ਆਗਿਆ ਅਨੁਸਾਰ ਹੀ ਹੋਵੇ, ਸਭ ਤਰ੍ਹਾਂ ਨਾਲ ਤੁਹਾਡੀ ਭਲਾਈ ਪ੍ਰਗਟ ਹੋਵੇ। ਇੰਨੇ ਵਿੱਚ ਉੱਥੇ ਬਾਬਾ ਬੁੱਢਾ ਜੀ ਆ ਗਏ। ਸਾਰਿਆਂ ਨੇ ਉੱਠ ਕੇ ਉਹਨਾਂ ਦੇ ਚਰਨਾਂ 'ਤੇ ਮੱਥਾ ਟੇਕਿਆ। ਸਿੱਖਾਂ ਨੇ ਬਾਬਾ ਬੁੱਢਾ ਜੀ ਨੂੰ ਆਪਣੇ ਵਿੱਚ ਬਿਠਾ ਲਿਆ। ਸਤਿਗੁਰੂ ਜੀ ਹੁਣ ਆਰਾਮ ਕਰਨ ਗਏ ਹਨ, ਜਦ ਉੱਠ ਬੈਠਣਗੇ ਤਾਂ ਦਰਸ਼ਨ ਕਰ ਲੈਣਾ। ਸਾਨੂੰ ਆਪਣੇ ਦੇਸ਼ ਅੰਮ੍ਰਿਤਸਰ ਦੀ ਖਬਰ ਸੁਣਾਓ, ਆਪ ਜੀ ਕੈਸੇ ਆਏ ਹੋ, ਸ੍ਰੇਸ਼ਟ ਮਤ ਅਨੁਸਾਰ ਸਾਨੂੰ ਸਾਰੀ ਖਬਰਸਾਰ ਸੁਣਾਓ। ਤਦ ਬਾਬਾ ਬੁੱਢਾ ਜੀ ਨੇ ਕਿਹਾ, ਗੁਰੂ ਜੀ ਬਾਰੇ ਖਬਰ ਮਿਲੀ ਹੈ ਕਿ ਉਹ ਗਵਾਲੀਅਰ ਦੇ ਕਿਲ੍ਹੇ ਅੰਦਰ ਬੰਦ ਹਨ, ਕਿਸ ਕਾਰਨ ਕਰਕੇ ਉਹਨਾਂ ਨੂੰ ਇੱਥੇ ਬਿਠਾਇਆ ਹੈ ਕੋਈ ਪਤਾ ਨਹੀਂ ਲੱਗਦਾ ਹੈ ਅਤੇ ਨਾ ਹੀ ਲੋਕ ਕੁਛ ਦੱਸਦੇ ਹਨ। ਇਹ ਸੁਣ ਕੇ ਉਹਨਾਂ ਦੇ ਮਾਤਾ ਜੀ ਬਹੁਤ ਵਿਆਕੁਲ ਹੋ ਕੇ ਮੁਰਝਾ ਗਏ ਹਨ, ਹਿਰਦੇ ਵਿੱਚ ਬਹੁਤ ਸ਼ੰਕੇ ਉਤਪੰਨ ਹੋ ਗਏ ਹਨ। ਦਾਸੀ ਨੂੰ ਭੇਜ ਕੇ ਮੈਨੂੰ ਬੁਲਾਇਆ ਸੀ ਅਤੇ ਚਿੱਤ ਦੇ ਸਾਰੇ ਸੰਕਟ ਬਾਰੇ ਮੈਨੂੰ ਦੱਸਿਆ ਹੈ। ਮੈਨੂੰ ਮਾਤਾ ਜੀ ਨੇ ਇਹ ਹੁਕਮ ਦਿੱਤਾ ਹੈ ਕਿ ਤੁਸੀਂ ਗਵਾਲੀਅਰ ਜਾਓ ਅਤੇ ਸਾਰੀ ਖਬਰ ਲਿਆਓ, ਸਹਾਇਕ ਬਣ ਕੇ ਛੇਤੀ ਕਰੋ ਅਤੇ ਗੁਰੂ ਜੀ ਨੂੰ ਕਿਲ੍ਹੇ ਵਿੱਚੋਂ ਬਾਹਰ ਕੱਢਣ ਦੇ ਯਤਨ ਕਰੋ। ਇਸ ਸੇਵਾ ਵਾਸਤੇ ਮੈਂ ਚੱਲ ਕੇ ਆਇਆ ਹਾਂ, ਮਾਤਾ ਜੀ ਦੇ ਬਚਨਾਂ ਨੂੰ ਨਹੀਂ ਮੋੜਿਆ ਹੈ। ਇਹ ਸੁਣ ਕੇ ਭਾਈ ਜੇਠਾ ਜੀ ਬੋਲੇ, ਤੁਸੀਂ ਸਿਆਣੇ ਹੋ, ਉਚਿਤ ਉਪਾਅ ਹੁਣ ਕੌਣ ਕਰੇ? ਜਿਹੜੀ ਆਪਸ ਵਿੱਚ ਥੋੜ੍ਹੀ ਦੇਰ ਪਹਿਲਾਂ ਗੱਲਬਾਤ ਹੋਈ ਉਹ ਉਸਨੇ ਸੁਣਾ ਦਿੱਤੀ।
ਤੁਹਾਡੇ ਆਉਣ ਤੋਂ ਪਹਿਲਾਂ ਅਸੀਂ ਇਸ ਤਰ੍ਹਾਂ ਸੋਚਿਆ ਹੈ, ਪਰ ਗੁਰੂ ਜੀ ਪਾਸਿਓਂ ਆਗਿਆ ਨਹੀਂ ਲਈ ਹੈ। ਇਸ ਲਈ ਸਾਰੀ ਸਲਾਹ ਫਜ਼ੂਲ ਹੈ। ਤੁਹਾਡੇ ਅਤੇ ਗੁਰੂ ਜੀ ਵਿੱਚ ਕੋਈ ਭੇਦ ਨਹੀਂ ਹੈ। ਆਪ ਜੋ ਕਹੋ ਅਸੀਂ ਉਸ ਤਰ੍ਹਾਂ ਹੀ ਕਰਾਂਗੇ। ਕਰਾਮਾਤ ਵਿਖਾਉਣ ਤੋਂ ਬਗੈਰ ਛੁਟਕਾਰਾ ਨਹੀਂ ਹੋਣਾ ਹੈ। ਐਸਾ ਵਿਘਨ ਪਿਆ ਹੈ, ਇਸ ਬਾਰੇ ਵਿਚਾਰ ਕਰ ਲਓ। ਜੇ ਬਾਦਸ਼ਾਹ ਦੇ ਹਿਰਦੇ ਵਿੱਚ ਡਰ ਪਾਈਏ ਤਾਂ ਗੁਰੂ ਜੀ ਨੂੰ ਕਿਲ੍ਹੇ ਵਿੱਚੋਂ ਬਾਹਰ ਕਢਵਾਈਏ, ਨਹੀਂ ਤਾਂ ਬਾਦਸ਼ਾਹ ਦਾ ਕੀ ਵਿਗੜਦਾ ਹੈ? ਗੁਰੂ ਜੀ ਨੂੰ ਕਿਲ੍ਹੇ ਵਿੱਚ ਬਿਠਾ ਕੇ ਨਿਸ਼ਚਿੰਤ ਹੋ ਕੇ ਸੁੱਤਾ ਪਿਆ ਹੈ। ਜੇ ਕਦੇ ਗੁਰੂ ਜੀ ਦੇ ਗੁਣ ਜਾਣ ਕੇ ਯਾਦ ਕਰਦਾ ਹੈ ਅਤੇ ਉਹਨਾਂ ਨੂੰ ਬੁਲਾਉਣ ਨੂੰ ਚਿੱਤ ਕਰਦਾ ਹੈ ਅਤੇ ਚੰਦੂ ਦੇ ਪੱਖੀ ਇਕੱਠੇ ਹੋ ਕੇ ਕਈ ਵਿਧੀਆਂ ਨਾਲ ਕਹਿ ਕੇ ਬਾਦਸ਼ਾਹ ਦੀ ਮੱਤ ਮਾਰ ਦਿੰਦੇ ਹਨ। 40 ਦਿਨਾਂ ਦੀ ਮਿਆਦ ਰੱਖੀ ਸੀ, ਹੁਣ 2 ਵੱਧ ਹੋ ਕੇ 42 ਦਿਨ ਹੋ ਗਏ ਹਨ। ਅਸੀਂ ਉਪਾਅ ਕਰਨਾ ਚਾਹੁੰਦੇ ਹਾਂ, ਜਿਵੇਂ ਆਪ ਜੀ ਦੀ ਮਰਜ਼ੀ ਹੋਵੇ ਉਸ ਤਰ੍ਹਾਂ ਕਰੀਏ। ਇਹ ਸੁਣ ਕੇ ਬਾਬਾ ਬੁੱਢਾ ਜੀ ਨੇ ਮਨ ਵਿੱਚ ਜਾਣ ਲਿਆ, ਜਿਵੇਂ ਭਵਿੱਖ ਵਿੱਚ ਪ੍ਰਭੂ ਨੇ ਮਿਥੀ ਸੀ। ਉਹਨਾਂ ਸਿੱਖਾਂ ਨੂੰ ਸਮਝਾ ਕੇ ਬਚਨ ਕੀਤਾ, ਤੁਰਕ ਬਾਦਸ਼ਾਹ ਨੂੰ ਡਰ ਪਾਓ, ਮਾਤਾ ਜੀ ਦੇ ਹੁਕਮ ਅਨੁਸਾਰ ਮੈਂ ਇਹ ਕਿਹਾ ਹੈ, ਛੁਡਵਾਉਣ ਦੇ ਯਤਨ ਕਰਨ ਬਾਰੇ ਮੈਨੂੰ ਭੇਜਿਆ ਹੈ। ਜੇ ਗੁਰੂ ਜੀ ਪੁੱਛਣ ਕਿ ਕਿਸੇ ਦੇ ਕਹਿਣ 'ਤੇ ਐਸੀ ਗੱਲ ਕੀਤੀ ਹੈ ਤਾਂ ਮਾਤਾ ਜੀ ਦਾ ਨਾਂ ਲੈ ਦੇਣਾ। ਇਸ ਤਰ੍ਹਾਂ ਸਿੱਖਾਂ ਨੇ ਮਿਲ ਕੇ ਸਲਾਹ ਕੀਤੀ, ਰਾਤ ਵੇਲੇ ਦੋਵੇਂ ਜਾਣ, ਬਾਬਾ ਬੁੱਢਾ ਜੀ ਦੀ ਆਗਿਆ ਪਾ ਕੇ ਬਹੁਤ ਪ੍ਰਸੰਨ ਹੋਏ। ਉਪਾਅ ਕਰਨਾ ਸਾਰਿਆਂ ਦੇ ਮਨ ਨੂੰ ਚੰਗਾ ਲੱਗਾ। ਦੁਪਹਿਰ ਢਲਣ 'ਤੇ ਸਤਿਗੁਰੂ ਜੀ ਜਾਗੇ, ਬਾਬਾ ਬੁੱਢਾ ਜੀ ਮਿਲ ਕੇ ਬਹੁਤ ਪ੍ਰਸੰਨ ਹੋਏ। ਗੁਰੂ ਜੀ ਨੇ ਜਿਵੇਂ ਪੁੱਛਿਆ ਉਸ ਤਰ੍ਹਾਂ ਸਾਰੀ ਖਬਰ ਦਿੱਤੀ, ਵੇਖ ਕੇ ਅਤ ਆਨੰਦ ਵਿੱਚ ਸਮਾਏ ਰਹੇ। ਸੋ ਸਾਧ ਸੰਗਤ ਜੀ, ਇੱਥੇ 4th ਰਾਸ ਦਾ 60th ਅਧਿਆਇ ਸਮਾਪਤ ਹੁੰਦਾ ਹੈ ਜੀ। ਪ੍ਰਸੰਗ ਸੁਣਾਉਂਦੇ ਹੋਏ ਹੋਈਆਂ ਅਨੇਕ ਭੁੱਲਾਂ ਚੁੱਕਾਂ ਦੀ ਖਿਮਾ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।